जहरीली शराब के मामले में मुख्यमंत्री कैप्टन अमरिंदर सिंह नूं लभण लई उन्हां दे फार्म हाउस वल जांदे आम आदमी पार्टी पंजाब दे प्रधान ते सांसद मैंबर भगवंत मान ते होर साथी विधायकां ते होर आगुआं नूं मोहाली पुलिस ने मुलापुर गरीबदास बैरिया तों पहलां ही गिरफ्तार कर लिया। भगवंत मान अते साथी 11 विधायक अते होर पार्टी आगू अते सरगर्म वलंटियर अज शिवालिक दीआं पहाड़ियां विच स्थित मुख्यमंत्री कैप्टन अमरिंदर सिंह दे फार्म हाउस वल कूच कर रहे सन कि DSP अमरोज सिंह की अगवाई हेठ पुलिस ने मुलापुर गरीबदास बैरियर तो पहला ही उन्होंने उत्थे रोक लिया। इस करके भगवंत मान ते बाकी विधायक जिन्हां विच विरोधी धिर दे नेता हरपाल चीमा, अमन अरोड़ा अते सूबा जनरल सकत्तर नरेंद्र सिंह शेरगिल, जिला मोहाली दे प्रधान हरीश कौशल ते सीनियर मीत प्रधान जगदेव सिंह मलोवा तो इलावा होर भी वड्डी गिनती च विधायक ते आप वर्कर मौजूद सन, उत्थे ही धरना लगा के बैठ गए अते कैप्टन साहब बाहर आओ अते पंजाब सरकार मुर्दाबाद दे नारे भी लगाए। बाद विच पुलिस ने सारे प्रदर्शनकारियों नूं हिरासत विच लै लिया अते सारे नूं बस विच बिठा के थाने लै गई। देखो असी लोकतांत्रिक तरीके नाल अमन शांति नाल असी मुख्यमंत्री साहब दा जिहड़ा किला है लोकां दे खून पसीने की कमाई लुट के बनाया जिहड़ा उहदे वल नूं कूच कर रहे सीगे ਤੁਸੀਂ ਨਾਲ ਹੀ ਸੀਗੇ ਪਰ ਸਾਨੂੰ ਉਰਲੇ ਪਾਸੇ ਰੋਕ ਲਿਆ ਗਿਆ। ਅਸੀਂ ਕੁਛ ਉਹਨਾਂ ਨੂੰ ਕਿਹਾ ਵੀ ਕਿ ਮੁੱਖ ਮੰਤਰੀ ਸਾਹਿਬ ਦੇ ਵਿਧਾਨ ਸਭਾ ਦੇ ਸਾਥੀ ਨਾਲ ਨੇ ਸਾਰੇ MLA ਮੈਂ ਮੈਂਬਰ ਪਾਰਲੀਮੈਂਟ ਹਾਂ ਵੀ ਅਸੀਂ ਚੁਣੇ ਹੋਏ ਨੁਮਾਇੰਦੇ ਹਾਂ ਲੱਖਾਂ ਲੋਕਾਂ ਨੂੰ ਅਸੀਂ ਰੀਪ੍ਰਜੈਂਟ ਕਰਦੇ ਹਾਂ ਅਤੇ ਸਾਨੂੰ ਜਾ ਲੈਣ ਦਿਓ ਉਹਨਾਂ ਨੂੰ ਕਿਹੜਾ ਅਸੀਂ ਕਿਹੜਾ ਕੋਈ ਹਮਲਾ ਕਰਨ ਚੱਲੇ ਹਾਂ ਉਹਨਾਂ ਨੂੰ ਤਾਂ ਮਿਲਣਾ ਹੈ ਤੁਹਾਨੂੰ ਦੱਸਦੇ ਹਾਂ ਪੰਜਾਬ ਦੇ ਹਾਲਾਤ ਕਿ ਕਿਵੇਂ ਉਹਨਾਂ ਦੀ ਜਿਹੜੀ ਬੇਪਰਵਾਹ ਸਰਕਾਰ ਹੈ ਜਾਂ ਸਮਝ ਲਓ ਵੀ ਪੰਜਾਬ ਨੂੰ ਲਾਮਾਰ ਛੱਡਿਆ ਹੋਇਆ ਜਿਹੜੀ ਉਹ ਕਿਵੇਂ ਮਾਫੀ ਚਲਾ ਰਹੇ ਨੇ ਉਹਨਾਂ ਦੇ MLA ਉਹਨਾਂ ਦੇ ਕਿੱਲੇ ਕਰਨਗੇ ਅਤੇ ਤੁਸੀਂ ਸੌਖਾਂ ਖਾਧੀਆਂ ਸੀ ਗੁਪਤਾ ਸਾਹਿਬ ਦੀਆਂ ਦੇਖ ਕੇ ਅਸੀਂ ਨੈਕਸਿਸ ਤੋੜ ਦਾਂਗੇ ਪਰ ਜ਼ਹਿਰਾਂ ਵੰਡੀਆਂ ਜਾ ਰਹੀਆਂ ਤੁਹਾਡੇ MLA ਨੂੰ ਪੁਲਿਸ ਨਾਲ ਲੜੀ ਹੋਈ ਹੈ ਅਤੇ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਬਾਹਰ ਨਿਕਲੋ ਪਹਿਲਾਂ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਵੋਟਾਂ ਵੇਲੇ ਕਾਫੀ ਵਿਦ ਕੈਪਟਨ ਘਰ ਘਰ ਕੈਪਟਨ ਚਾਹੁੰਦਾ ਹੈ ਪੰਜਾਬ ਕੈਪਟਨ ਸਰਕਾਰ ਵਰਗੇ ਨਾਅਰੇ ਦਿੱਤੇ ਅਤੇ ਹੁਣ ਪਛਤਾਉਂਦਾ ਹੈ ਪੰਜਾਬ ਕੈਪਟਨ ਸਰਕਾਰ ਬੜੇ ਹਾਲਾਤ ਨੇ ਘੱਟੋ ਘੱਟ ਕਾਨੂੰਨੀ ਰਿਪੋਰਟ ਤਾਂ ਲੈ ਲਓ ਨਾ ਸਿਰਫ ਫੇਸਬੁੱਕ 'ਤੇ ਤੁਸੀਂ ਨਜ਼ਰ ਆਉਂਦੇ ਹੋ ਜਾਂ ਤੁਸੀਂ ਕੋਈ ਟਿਕਟੋਕ ਵਾਲਿਆਂ ਨਾਲ ਤਾਂ ਗੱਲ ਕਰ ਲੈਂਦੇ ਹੋ ਠੀਕ ਹੈ ਨਾ ਬੱਚਿਆਂ ਨਾਲ ਪਰ ਜਿਹੜੇ ਮਰ ਗਏ ਲਾਸ਼ਾਂ ਵੇਚੀਆਂ ਮਾਝੇ ਦੀ ਧਰਤੀ ਦੇ 125 ਦੇ ਕਰੀਬ ਉਹਨਾਂ ਦੇ ਘਰਦਿਆਂ ਨਾਲ ਕਦੇ ਗੱਲ ਕਰ ਤੁਸੀਂ ਆਪਣੇ ਬੇਟੇ ਨੂੰ ਤਾਂ ਜਨਮ ਦਿਨ ਦੀਆਂ ਵਧਾਈਆਂ ਸੋਸ਼ਲ ਮੀਡੀਆ 'ਤੇ ਦੇ ਰਹੇ ਹੋ ਪਰ ਤੁਸੀਂ ਉਹਨਾਂ ਘਰਾਂ ਨਾਲ ਗੱਲ ਨਹੀਂ ਕਰ ਰਹੇ ਜਿਹਨਾਂ ਦੇ ਘਰੇ ਸੱਥਰ ਵਿਛ ਗਏ ਜਿਹਨਾਂ ਦੇ ਰੱਖੜੀ ਤੋਂ ਪਹਿਲਾਂ ਜਿਹਨਾਂ ਦੇ ਭੈਣਾਂ ਜਿਹੜੀਆਂ ਉਹ ਗੁੱਟਾਂ ਨੂੰ ਤਰਸ ਗਈਆਂ ਕਿ ਅਸੀਂ ਰੱਖੜੀ ਕਿੱਥੇ ਬੰਨੀ ਸੋ ਬਹੁਤ ਹੀ ਮਤਲਬ ਦੁੱਖਦਾਇਕ ਅਤੇ ਸ਼ਰਮਨਾਕ ਗੱਲ ਹੈ ਅਤੇ ਸਾਨੂੰ ਕੈਪਟਨ ਸਾਹਿਬ ਨੂੰ ਲੱਭਣ ਚੱਲੇ ਸੀਗੇ 4.25 ਸਾਲ ਤੋਂ ਲੱਭੇ ਨਹੀਂ ਹੈਗੇ ਉਹ ਅਤੇ ਦੁੱਖਦਾਇਕ ਗੱਲ ਇਹ ਹੈ ਸਾਨੂੰ ਉੱਥੋਂ ਸਾਰਿਆਂ ਨੂੰ ਡਿਟੇਨ ਕਰਕੇ ਬੱਸ ਦੇ ਵਿੱਚ ਫੇਸ 'ਚ ਲਿਆਂਦਾ ਸਾਡੇ ਨਾਮ ਵਗੈਰਾ ਲਿਖ ਲਏ ਅਤੇ ਸਾਨੂੰ ਇਹ ਮੇਕ ਸ਼ੋਰ ਦੇ ਕੇ ਤੁਸੀਂ ਦੁਬਾਰਾ ਨਹੀਂ ਜਾਓਗੇ ਉੱਧਰ ਚਲੋ ਅਸੀਂ ਫਿਰ ਲੱਭ ਲਾਂਗੇ ਕਦੇ ਫਿਲਹਾਲ ਅਸੀਂ ਅੱਜ 7 ਕਾਂਗਰਸੀ MLA ਦੇ ਜਿਨ੍ਹਾਂ ਦੇ ਮਾਫੀਆ 'ਚ ਨਾਮ ਆਉਂਦੇ ਨੇ ਠੀਕ ਹੈ ਨਾ ਜਿਵੇਂ ਘਨੌਰ ਵਾਲੇ ਜਾਂ ਸਿੱਕੀ ਠੀਕ ਹੈ ਨਾ ਜਾਂ ਪਟਿਆਲ ਕੰਬੋਜ ਹੈਗੇ ਅਤੇ ਜਿੰਨੇ ਵੀ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਦੇ ਘਰਾਂ ਮੂਹਰੇ ਵੀ ਸਾਡੇ ਜਿਹੜੇ ਵਰਕਰ ਨੇ ਉਹਨਾਂ ਨੇ ਕੁੰਡੇ ਖੜਕਾਏ ਨੇ ਕਿ ਸ਼ਾਇਦ ਇਹਨਾਂ ਦੇ ਘਰੇ ਨਾ ਹੋਣ ਕੈਪਟਨ ਸਾਹਿਬ ਸੋ ਕੈਪਟਨ ਸਾਹਿਬ ਸਾਨੂੰ ਫਿਲਹਾਲ ਤਾਂ ਲੱਭੇ ਨੇ ਜੇ ਉਹ ਮੀਡੀਆ ਰਾਹੀਂ ਸੁਣ ਰਹੇ ਨੇ ਤਾਂ ਕਿਰਪਾ ਕਰਕੇ ਮੈਂ ਬੇਨਤੀ ਕਰਦਾ ਤੁਹਾਡੇ ਜ਼ਰੀਏ ਕਿ ਕੈਪਟਨ ਸਾਹਿਬ ਬਾਹਰ ਆ ਕੇ ਲੋਕਾਂ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ ਤੁਹਾਡੇ ਆਪਣੇ MLA ਤੁਹਾਡੇ ਆਪਣੇ ਮੰਤਰੀ ਤੁਹਾਡੇ ਆਪਣੇ MP ਇਹ ਕਹਿ ਰਹੇ ਨੇ ਕਿ ਅਸੀਂ ਕਿਹੜੇ ਮੂੰਹ ਨਾਲ ਲੋਕਾਂ 'ਚ ਜਾਵਾਂਗੇ ਹੁਣ 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਕਿਰਪਾ ਕਰਕੇ ਕੋਈ ਕਾਰਵਾਈ ਕਰ ਦਿਓ ਪਰ ਕੈਪਟਨ ਸਾਹਿਬ ਦੇ ਸਿਰ 'ਤੇ ਜੂਨੀ ਸਰਕ ਦੀ ਪਤਾ ਨਹੀਂ ਕਿਹੜੇ ਇਹਨਾਂ ਦੇ ਸਲਾਹਕਾਰ ਨੇ ਠੀਕ ਹੈ ਲੋਕ ਸੜਕਾਂ 'ਤੇ ਨੇ ਤਰਾਹ ਕਰ ਰਿਹਾ ਪੰਜਾਬ ਸੋ ਅੱਜ ਅਸੀਂ ਅਗਲੀ ਜਿਹੜੀ ਕਾਰਵਾਈ ਹੈ ਉਹ ਕੋਰ ਕਮੇਟੀ ਦੀ ਮੀਟਿੰਗ ਜਲਦੀ ਬੁਲਾ ਕੇ ਅਸੀਂ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ।
ਕੈਪਟਨ ਸਰਕਾਰ ਕੈਪਟਨ ਸਰਕਾਰ ਮੁਰਦਾਬਾਦ 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 ਬਿਊਰੋ ਰਿਪੋਰਟ ਪੰਜਾਬ ਟੁਡੇ।